ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦੇ ਉਹ ਮਹਾਨ ਜਨਰੈਲ ਹੋਏ ਹਨ ਜਿਨ੍ਹਾਂ ਨੇ 1710 ਈਸਵੀ ਵਿੱਚ ਸਰਹੰਦ ਫਤਿਹ ਕਰਕੇ ਪਹਿਲਾ ਸਿੱਖ ਰਾਜ ਕਾਇਮ ਕੀਤਾ ਸੀ। 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ 700 ਦੇ ਕਰੀਬ ਸਾਥੀ ਸਿੰਘਾਂ ਨੇ ਦਿੱਲੀ ਵਿੱਚ ਸ਼ਹੀਦੀ ਜਾਮ ਪੀਤਾ ਸੀ। 20ਵੀਂ ਸਦੀ ਵਿੱਚ ਇਹ ਮਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਂ ਵਾਲਿਆਂ ਜੀ ਨੂੰ ਜਾਂਦਾ ਹੈ ਕਿ ਜਿੱਥੇ ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਉੱਥੇ ਸਿੰਘਾਂ ਨੂੰ ਆਜ਼ਾਦੀ ਲਈ ਲੜਨ ਦੀ ਜਾਂਚ ਵੀ ਦੱਸੀ। 6 ਜੂਨ 1984 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਰੱਖਿਆ ਕਰਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਂ ਵਾਲਿਆਂ ਜੀ ਨੇ ਅਤੇ ਉਹਨਾਂ ਦੇ ਦਰਜਨਾਂ ਹੋਰ ਸਾਥੀ ਸਿੰਘਾਂ ਨੇ ਜੂਝ ਕੇ ਸ਼ਹੀਦੀ ਪਾਈ। ਇਹ ਵਰ੍ਹਾ ਜੂਨ 84 ਘੱਲੂਘਾਰੇ ਦੀ 30ਵੀਂ ਦੁਖਦ ਯਾਦ ਦਾ ਵਰ੍ਹਾ ਹੈ। ਨਿਊਯਾਰਕ ਦੀ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ, ਸੰਤ ਜਰਨੈਲ ਸਿੰਘ ਖਾਲਸਾ ਭਿੰਡਾਂ ਵਾਲੇ ਜੀ ਅਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਵਿਖੇ 3 ਰੋਜ਼ਾ ਪ੍ਰੋਗਰਾਮ ਰੱਖਿਆ ਗਿਆ ਹੈ। ਅੱਜ ਅਸੀਂ ਇਸ ਪ੍ਰੋਗਰਾਮ ਸੰਬੰਧੀ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਆਗੂ ਸਰਦਾਰ ਰਜਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ 84 ਦੇ ਸਮੂਹ ਦਰਸ਼ਕਾਂ ਨੂੰ, ਜਿੰਨੇ ਵੀ ਪ੍ਰੋਗਰਾਮ ਸੁਣ ਰਹੇ ਤੇ 84 ਟੀਵੀ ਦੇ ਸਮੂਹ ਅਦਾਰੇ ਨੂੰ ਮੈਂ ਆਪਣੇ ਵੱਲੋਂ ਦੁਬਾਰਾ ਫੇਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ TV84 ਦੇ ਦਰਸ਼ਕਾਂ ਦੇ, TV84 ਨਿਊਜ਼ ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਤੁਹਾਡਾ ਪਹਿਲੀ ਵਾਰ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੁਸੀਂ ਅੱਜ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ, ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਸੰਬੰਧੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਇਹ ਜਥੇਬੰਦੀ ਕਦੋਂ ਹੋਂਦ ਵਿੱਚ ਆਈ ਅਤੇ ਇਸ ਦਾ ਕੀ ਮਿਸ਼ਨ ਹੈ। ਇਹ ਜੀ, ਜਦੋਂ ਇੱਥੇ ਅਸੀਂ ਨਿਊਯਾਰਕ ਵਿੱਚ ਵਿਚਰ ਰਹੇ ਸੀ, ਅਸੀਂ ਬਹੁਤ ਜਥੇਬੰਦੀਆਂ ਇੱਥੇ ਬਣੀਆਂ ਵੀ ਦੇਖੀਆਂ ਜੀ, ਪਰ ਕਿਉਂਕਿ ਅਸੀਂ ਪਿੱਛੋਂ ਪੰਜਾਬ ਵਿੱਚੋਂ ਆਏ ਸੀ, ਅਸੀਂ ਦਿਖਾ ਦੇ ਝੱਲ ਕੇ ਆਏ ਆ ਆਪਣੇ 84 ਤੋਂ ਬਾਅਦ ਜੋ ਵੀ ਪੰਜਾਬ ਦੇ ਹਾਲਾਤ ਹੋਏ ਉਹ ਸਾਰਾ ਅਸੀਂ ਦਿਖਾ, ਜਦੋਂ ਅੱਖਾਂ ਦੇ ਸਾਹਮਣੇ ਘੁੰਮਿਆ ਸਾਨੂੰ ਉਹ ਚੀਜ਼ ਨੇ, ਸਾਨੂੰ ਇਹ ਲਿਆਂਦਾ ਵੀ ਕਿਉਂਕਿ ਹੋਰ ਨੌ ਤੇ ਬਹੁਤ ਸੁਸਾਇਟੀਆਂ ਬਣੀਆਂ ਹੋਈਆਂ ਨੇ ਜੀ, ਪਰ ਉਹ ਮਹਾਨ ਜਰਨੈਲ ਜਿਹਨੇ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਜਿਹਨੂੰ ਕਿਹਾ ਜਾਂਦਾ ਰਾਜ ਭਾਗ ਕਾਇਮ ਕੀਤਾ, ਉਹਦੀ ਕੋਈ ਯਾਦ ਨਹੀਂ ਮਨਾ ਰਿਹਾ ਸੀ। ਅਸੀਂ 2004 ਦੇ ਵਿੱਚ ਇਹ ਸੁਸਾਇਟੀ ਤਿਆਰ ਕੀਤੀ, ਜਦੋਂ ਅਸੀਂ ਨਿਊਯਾਰਕ ਵਿੱਚ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ, ਸਭ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਹ ਦਿਹਾੜਾ ਮਨਾਉਣਾ ਸ਼ੁਰੂ ਕੀਤਾ, ਜੋ ਕਿ ਅੱਜ ਬਹੁਤ ਵੱਡੇ ਪੱਧਰ ਦੇ ਫਤਿਹਗੜ੍ਹ ਸਾਹਿਬ ਤੋਂ ਆਪਣੇ ਸਰਹੰਦ ਤੋਂ ਚੱਪੜਚਿੜੀ ਵੱਲ ਜੋ ਆਪਣਾ ਮਾਰਚ ਵੀ ਕੱਢ ਰਹੇ ਹਨ, ਨਗਰ ਕੀਰਤਨ ਕੱਢਦੇ ਹਨ, ਸਾਰੇ 2004 ਤੋਂ ਬਾਅਦ ਹੀ ਇਹ ਸਾਰੀਆਂ ਗੱਲਾਂ ਪੰਜਾਬ ਦੀ ਧਰਤੀ ਦੇ ਚੱਲੀਆਂ, ਜਦੋਂ ਨਿਊਯਾਰਕ ਦੀ ਧਰਤੀ ਤੇ ਬਾਬਾ ਜੀ ਦੀ ਯਾਦ ਵਿੱਚ ਅਸੀਂ ਪਹਿਲਾਂ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਜੀ। ਜੀ ਜੀ, ਤੇ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਉਹੀ ਹੈ ਕਿ ਲੋਕਾਂ ਨੂੰ, ਆਪਣੇ ਸਾਧ ਸੰਗਤ ਨੂੰ ਇਹ ਜਾਗਰਤ ਕਰੀਏ ਵੀ ਅਸੀਂ ਰਾਜ ਭਾਗ ਦੇ ਮਾਲਕ ਰਹੇ ਹਾਂ, ਅਸੀਂ ਕੋਈ ਭਖਾਰੀ ਨਹੀਂ ਸੀ, ਅਸੀਂ ਰਾਜ ਜਿੱਦਾਂ ਜੋ ਵੀ ਉਸ ਟਾਈਮ ਗੁਰੂ ਸਾਹਿਬ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਤੇ ਲੇ ਹੈ ਉਹ ਅਸੀਂ ਰਾਜ, ਜੋ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਮ ਗੁਰੂ ਗੋਬਿੰਦ ਸਿੰਘ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਕਿਹਾ ਇਹਨੇ ਗਰੀਬ ਸਿੱਖਣ ਕੋ ਦਹੂੰ ਪਾਤਸ਼ਾਹੀ, ਉਹ ਬਚਨ ਬਾਬਾ ਜੀ ਨੇ ਪੂਰੇ ਕੀਤੇ ਤੇ ਅੱਜ ਵੀ ਸਭ ਦੇ ਦਿਲਾਂ ਵਿੱਚ ਉਹ ਗੱਲ ਧੁਖਦੀ ਆ ਵੀ ਅਸੀਂ ਉਹ ਆਪਣੇ ਬਚਨ ਦੁਬਾਰਾ ਗੁਰੂ ਸਾਹਿਬ ਦੇ ਕਾਇਮ ਕਰੀਏ ਜੀ। ਜੀ ਜੀ, ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਇਹ 3 ਰੋਜ਼ਾ ਮਹਾਨ ਸ਼ਹੀਦੀ ਸਮਾਗਮ ਰਿਚਮੰਡ ਹਿੱਲ ਦੇ ਵਿੱਚ ਰੱਖਿਆ ਹੈ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ। ਹਾਂ ਜੀ, ਅੱਜ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਡਾ, ਫਰਾਈਡੇ ਦਾ ਜਿਹੜਾ ਸ਼ਾਮ ਦਾ ਦੀਵਾਨ ਹੁੰਦਾ ਉਹਦੇ ਵਿੱਚ ਹਰਿੰਦਰ ਸਿੰਘ ਜੀ ਟਕਸਾਸ ਤੇ ਭਾਈ ਕਰਮਜੀਤ ਸਿੰਘ ਜੀ ਸਾਬਕਾ ਐਡੀਟਰ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਵਾਲੇ, ਉਹਨਾਂ ਨੇ ਬਹੁਤ ਹੀ ਵਿਸਤਾਰ ਪੂਰਵ ਢੰਗ ਨਾਲ ਸੰਗਤਾਂ ਨੂੰ ਸੁਚੇਤ ਕੀਤਾ 84 ਦੇ ਸੰਬੰਧੀ, ਘੱਲੂਘਾਰੇ ਸੰਬੰਧੀ ਬਹੁਤ ਹੀ ਸੁਚੱਜੇ ਢੰਗ ਨਾਲ ਭਾਈ ਹਰਿੰਦਰ ਸਿੰਘ ਟੈਕਸਿਸ ਜੀ ਨੇ ਦੱਸਿਆ ਕਿ ਕਈ ਲੋਕ ਇਹ ਸੋਚਦੇ ਹਨ ਵੀ ਜੇ ਸੰਤ ਜਰਨੈਲ ਸਿੰਘ ਜੀ ਅਕਾਲ ਤਖ਼ਤ ਸਾਹਿਬ ਤੇ ਨਾ ਜਾਂਦੇ ਸ਼ਾਇਦ ਅਟੈਕ ਨਾ ਹੁੰਦਾ, ਬਹੁਤ ਹੀ ਉਹਨਾਂ ਨੇ ਸੁਚੱਜੇ ਢੰਗ ਨਾਲ ਦੱਸਿਆ ਵੀ ਨਹੀਂ ਇਹ ਹੋਣਾ ਹੀ ਸੀ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਜੋ ਉਸ ਸਮੇਂ ਦੀ ਹਕੂਮਤ ਨੇ ਸ਼ਹੀਦ ਕੀਤਾ ਜੋ ਸਾਡੇ ਗੁਰੂ ਸਨ, ਇਸੇ ਤਰ੍ਹਾਂ ਸਾਡੀ ਸਿੱਖ ਮਾਨਸਿਕਤਾ ਨੂੰ ਉਹਨਾਂ ਨੇ ਕਮਜ਼ੋਰ ਕਰਨ ਦੇ ਲਈ ਸਾਡੇ ਤੇ ਹਮਲਾ ਕਰਨਾ ਹੀ ਸੀ, ਇਕੱਲੇ ਅਕਾਲ ਤਖ਼ਤ ਸਾਹਿਬ ਦੀ ਗੱਲ ਨਹੀਂ, 37 ਹੋਰ ਗੁਰਦੁਆਰਾ ਸਾਹਿਬ ਤੇ ਵੀ ਸਾਡੇ ਤੇ ਉਹਨਾਂ ਨੇ ਹਮਲਾ ਕੀਤਾ ਜੀ। ਜੀ ਜੀ,
ਤੇ ਵੀ ਜਿਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਤਾਂ ਹੋ ਗਿਆ ਪਰ ਕੱਲ ਦੇ ਪ੍ਰੋਗਰਾਮ ਔਰ ਪਰਸੋਂ ਦੇ ਪ੍ਰੋਗਰਾਮ ਦੇ ਕੀ ਟਾਈਮਿੰਗ ਹੈ ਇਹਨਾਂ ਪ੍ਰੋਗਰਾਮ ਦੇ ਵਿੱਚ ਹੋਰ ਕਿਹੜੇ ਕਿਹੜੇ ਬੁਲਾਰੇ ਆਣਗੇ ਕਿਸ ਕਿਸ ਸਬਜੈਕਟ ਤੇ ਗੱਲਬਾਤ ਕਰਨਗੇ ਇਸ ਬਾਰੇ ਵੀ ਸਾਡੇ ਦੱਸੋ ਕੱਲ ਦਾ ਜੋ ਸਾਡਾ ਵਿਸ਼ੇਸ਼ ਪ੍ਰੋਗਰਾਮ ਹੈ ਜੀ ਉਹ ਆਪਣੇ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰ ਸੈਂਟਰ ਵਾਲੇ ਜੋ ਵਾਸ਼ਿੰਗਟਨ ਡੀਸੀ ਵਾਲੇ ਉਹ ਚੇਚੇ ਤੌਰ ਤੇ ਕੱਲ ਦੇ ਪ੍ਰੋਗਰਾਮਾਂ ਵਿੱਚ ਸਾਡੇ ਕੋਲ ਵੀ ਹਾਜ਼ਰੀ ਭਰ ਰਹੇ ਹਨ ਤੇ ਐਤਵਾਰ ਨੂੰ ਵੀ ਉਹਨਾਂ ਨੇ ਹਾਜ਼ਰੀ ਭਰਨੀ ਕੱਲ ਨੂੰ ਉਹਨਾਂ ਦਾ ਟੌਪਿਕ ਇਹੀ ਰੱਖਿਆ ਗਿਆ ਹੈ ਵੀ ਵੱਡੇ ਘੱਲੂ ਘਰ ਤੇ ਛੋਟੇ ਘੱਲੂ ਘਰ ਉਸ ਤੋਂ ਬਾਅਦ ਸਿੱਖ ਕੌਮ ਦੇ ਜੋ ਪ੍ਰਾਪਤੀਆਂ ਕੀਤੀਆਂ 84 ਦੇ ਘੱਲੂ ਘਰ ਤੋਂ ਬਾਅਦ ਸਾਡੀ ਇਤਿਹਾਸ ਦੀ ਕੌਮ ਦੀ ਕੀ ਹੈ ਅਸੀਂ ਕਿੱਥੇ ਖੜੇ ਹਾਂ ਉਹਦੇ ਸੰਬੰਧੀ ਕੱਲ ਨੂੰ ਵਿਚਾਰਾਂ ਕਰਨਗੇ ਹਾਂਜੀ ਤੇ ਐਤਵਾਰ ਦੇ ਵਾਲੇ ਦਿਨ ਵੀ ਡਾਕਟਰ ਸਾਹਿਬ ਤੇ ਆਪਣੇ ਕਰਮਜੀਤ ਸਿੰਘ ਜੀ ਆਪਣੇ ਸਾਬਕਾ ਐਡੀਟਰ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਵਾਲੇ ਇਹ ਦੋਨੇ ਬੁਲਾਰੇ ਸਾਡੇ ਕੋਲ ਐਤਵਾਰ ਨੂੰ ਵੀ ਹਾਜ਼ਰੀਆਂ ਭਰਨਗੇ ਉਦਣ ਵੀ ਇਹਨਾਂ ਦੇ ਟੌਪਿਕ ਇਹੀ ਰੱਖਿਆ ਡਾਕਟਰ ਸਾਹਿਬ ਦਾ ਕੋਈ ਕਿਸੇ ਕੋ ਰਾਜ ਨਾ ਦੇਹੈ ਜੋ ਲੇਹੈ ਨਿਜ ਬਲ ਤੇ ਲਿਆ ਵੀ ਉਹ ਕਿਹੜਾ ਬਲ ਹੈ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਕਿਹੜਾ ਬਲ ਉਹ ਵਰਤਣਾ ਚਾਹੀਦਾ ਜਿਹਦੇ ਨਾਲ ਅਸੀਂ ਆਪਣੇ ਰਾਜ ਭਾਗ ਪ੍ਰਾਪਤ ਕਰ ਸਕੀਏ ਏਦਾਂ ਦੇ ਅਸੀਂ ਟੌਪਿਕ ਰੱਖੇ ਆ ਤਾਂ ਕਿ ਲੋਕ ਕਥਾ ਕੀਰਤਨ ਤਾਂ ਬਹੁਤ ਸੁਣਦੇ ਹਨ ਪਰ ਅਵੇਅਰਨੈਸ ਦੀ ਬਹੁਤ ਲੋੜ ਹੈ ਤਾਂ ਕਿ ਜਿਹੜੀ ਸਾਡੀ ਮਾਨਸਿਕਤਾ ਹੈ ਉਹ ਸਟਰੋਂਗ ਹੋ ਸਕੇ ਅਸੀਂ ਸਮਝ ਸਕੀਏ ਵੀ ਸਾਡੇ ਨਾਲ ਕੀ ਹੋ ਰਿਹਾ ਤੇ ਅਸੀਂ ਕੀ ਕਰਨਾ ਹੈ ਜੀ ਬਿਲਕੁਲ ਤੇ ਵੀ ਅਸੀਂ ਤੁਹਾਡੇ ਕੋਲ ਵੀ ਜਾਣਾ ਚਾਹਾਂਗੇ ਜਿਸ ਤਰ੍ਹਾਂ ਪਿਛਲੇ 30 ਸਾਲਾਂ ਤੋਂ ਸਿੱਖ ਕੌਮ ਆਪਣਾ ਘਰ ਯਾਨੀ ਕਿ ਖਾਲਿਸਤਾਨ ਬਣਾਉਣ ਲਈ ਜੱਦੋਜਹਿਦ ਕਰ ਰਹੀ ਹੈ ਤੁਹਾਡੇ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਲਈ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ ਦੇਖੋ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਤਾਂ ਜੇ ਇਹ ਜਥੇਬੰਦੀ ਵੀ ਉਸ ਮਹਾਨ ਯੋਧੇ ਦੇ ਖਾਲਸਾ ਕੌਮ ਦੇ ਪਹਿਲੇ ਜਨਰਲ ਤੇ ਬਣਾਈ ਹੈ ਤੇ ਤੁਹਾਨੂੰ ਪਤਾ ਹੀ ਹੋਣਾ ਜੇ ਵੀ ਸਾਡੇ ਦਿਲਾਂ ਵਿੱਚ ਇਹ ਗੱਲ ਤਾਂ ਧੁਖਦੀ ਹੈ ਹਰ ਕਿਉਂਕਿ ਇੱਕ ਪੰਛੀ ਵੀ ਅਪਣਾ ਲੈਣਾ ਚਾਹੁੰਦਾ ਅਸੀਂ ਤਾਂ ਫਿਰ ਵੀ ਇੱਕ ਜਿੱਦਾਂ ਕਹਿੰਦੇ ਜਿਉਂਦੇ ਜਾਗਦੇ ਮਨੁੱਖਾਂ ਸਾਡੀ ਵੀ ਜ਼ਮੀਰ ਇਹੀ ਗੱਲ ਕਰ ਰਹੀ ਹੈ ਵੀ ਸਾਨੂੰ ਸਾਡਾ ਰਾਜ ਭਾਗ ਮਿਲਣਾ ਚਾਹੀਦਾ ਅਸੀਂ ਆਪਣੇ US ਵਿੱਚ ਰਹਿ ਰਹੇ ਅਸੀਂ ਚਾਹੁੰਦੇ ਵੀ ਅਸੀਂ ਡੈਮੋਕ੍ਰੇਟਿਕ ਢੰਗ ਨਾਲ ਇੱਥੇ ਅਜਿਹੀ ਲੋਕਾਂ ਵਿੱਚ ਮੂਵਮੈਂਟ ਪੈਦਾ ਕਰੀਏ ਜਿਹਦੇ ਨਾਲ ਅਸੀਂ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰ ਸਕੀਏ ਇਹ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ ਜੀ ਜੀ ਤੇ ਵੀ ਜਿਸ ਸਾਰੇ ਸਾਰੇ ਬਾਕੀ ਸਾਰੇ ਜਥੇਬੰਦੀਆਂ ਨੇ ਆਪਣੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਨੇ ਆਪਣੇ ਆਪਣੇ ਜਥੇਬੰਦੀਆਂ ਬਾਰੇ ਗੱਲਬਾਤ ਕਰਦੇ ਨੇ ਤੁਹਾਨੂੰ ਲੱਗਦਾ ਕਿ ਸਾਨੂੰ ਸਾਰੇ ਸਿੱਖਾਂ ਨੂੰ ਸਾਰੀ ਜਿੰਨੀਆਂ ਜਥੇਬੰਦੀਆਂ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਪਰ ਹਮਲਾ ਬਾਰਨਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਜੀ ਜਿੱਦਾਂ ਜੀ ਮੈਂ ਇੱਕ ਵਿਚਾਰ ਹੈ ਸਾਡੇ ਵੀ ਜੇ ਅਸੀਂ ਸਿੱਖ ਕੌਮ ਇਸ ਸਮੇਂ ਜੋ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਲੜਨ ਲੱਗ ਜਾਵੇ ਜੋ ਸਾਡਾ ਪੰਥ ਹੈ ਅਕਾਲ ਤਖ਼ਤ ਸਾਹਿਬ ਠੀਕ ਹੈ ਅਕਾਲ ਤਖ਼ਤ ਸਾਹਿਬ ਦੇ ਬੰਦੇ ਮਾੜੇ ਚੰਗੇ ਆਉਂਦੇ ਰਹਿੰਦੇ ਨੇ ਪਰ ਜੋ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਹੈ ਸਾਨੂੰ ਸਿਧਾਂਤਾਂ ਤੇ ਪੂਰਾ ਪਹਿਰਾ ਦੇਣਾ ਚਾਹੀਦਾ ਹੈ ਤੇ ਉਹਨਾਂ ਸਿਧਾਂਤਾਂ ਦੇ ਅੰਡਰ ਹੀ ਸਾਨੂੰ ਇਕੱਠੇ ਹੋਣਾ ਚਾਹੀਦਾ ਤਾਂ ਕਿ ਅਸੀਂ ਹੰਭਲਾ ਮਾਰ ਸਕੀਏ ਸਾਰੇ ਰਲ ਮਿਲ ਕੇ ਇਹੀ ਸਾਡੀ ਕੋਸ਼ਿਸ਼ ਹੈ ਜੀ ਬਿਲਕੁਲ ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ ਤੁਸੀਂ ਪਹਿਲੀ ਵਾਰ TV84 ਨਿਊਜ਼ ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਤੁਸੀਂ ਯੰਗ ਜਨਰੇਸ਼ਨ ਨੂੰ ਕੋਈ ਸੁਨੇਹਾ ਜਾਂ ਫਿਰ ਸਮਾਗਮ ਸੰਬੰਧੀ ਤੁਸੀਂ ਹੋਰ ਕੁਝ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ 2 ਮਿੰਟ ਦੇ ਅੰਦਰ ਹਾਂਜੀ ਮੈਂ ਇਹੀ ਬੇਨਤੀ ਕਰਦਾ ਸਾਡੇ ਨੌਜਵਾਨ ਖਾਸ ਕਰ ਜਿਹੜੇ ਪੇਰੈਂਟ ਸੁਣਦੇ ਉਹਨਾਂ ਨੂੰ ਬੇਨਤੀ ਹੈ ਵੀ ਅਸੀਂ ਐਤਵਾਰ ਦਾ ਜਿਹੜਾ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਇੱਕ 1947 ਤੋਂ ਲੈ ਕੇ 1984 ਤੱਕ ਸਿੱਖ ਕੌਮ ਦਾ ਜੋ ਵਿਖੜਾ ਪੈਂਡਾ ਉਹਦੇ ਸੰਬੰਧੀ ਵੀ ਇੱਕ ਸਲਾਈਡ ਸ਼ੋਅ ਇੱਥੇ ਦੇ ਪੜ੍ਹਿਆ ਲਿਖਿਆ ਨੌਜਵਾਨ ਜੋ ਯੂਨੀਵਰਸਿਟੀ ਪੜ੍ਹਦਾ ਹੈ ਆਪਣਾ ਫਲਾ ਡਲਪੀਆ ਤੋਂ ਹਰਮਨਪ੍ਰੀਤ ਸਿੰਘ ਜੀ ਆ ਰਹੇ ਉਹਨਾਂ ਨੇ ਵੀ ਸਲਾਈਡ ਸ਼ੋਅ ਦਿਖਾਉਣਾ ਹੈ ਇਸ ਲਈ ਅਸੀਂ ਖਾਸ ਕਰ ਨੌਜਵਾਨ ਬੱਚਿਆਂ ਨੂੰ ਬੇਨਤੀ ਕਰਦੇ ਕਿ ਆਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਤੁਹਾਡਾ ਹੀ ਇੱਕ ਨੌਜਵਾਨ ਵੀਰ ਉਹ ਕਿੰਨੀ ਜੱਦੋਜਹਿਦ ਕਰ ਰਿਹਾ ਆਪਣੇ ਨੌਜਵਾਨ ਜਿਹੜੇ ਉਹਨਾਂ ਦੇ ਸਾਥੀ ਉਹਨਾਂ ਨੂੰ ਸਮਝਾਉਣ ਦੇ ਲਈ ਵੀ ਸਾਡੇ ਨਾਲ ਕੀ ਹੋਇਆ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਇਹਦੇ ਸੰਬੰਧੀ ਅਸੀਂ ਸਪੈਸ਼ਲ ਪ੍ਰੋਗਰਾਮ ਰੱਖਿਆ ਹੈ ਜੀ ਤੇ ਬਾਕੀ ਡਾਕਟਰ ਸਾਹਿਬ ਹੈ ਜਿੱਦਾਂ ਬੜੇ ਸਿਆਣੇ ਹੈ ਜੀ ਇਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਗਤਾਂ ਨੂੰ ਆਪਣਾ ਦੱਸਣਾ ਹੈ ਵੀ ਕਿੱਦਾਂ ਆਪਾਂ ਨੂੰ ਇੱਥੇ ਵਿਚਰਨਾ ਚਾਹੀਦਾ ਕਿੱਦਾਂ ਸਾਨੂੰ ਉਪਰਾਲੇ ਕਰਨੇ ਚਾਹੀਦੇ ਇਹੀ ਬੇਨਤੀ ਹੈ ਵੀ ਸੰਗਤਾਂ ਹੁਮ ਹਵਾ ਕੇ ਪਹੁੰਚਣ ਸਾਰੇ ਵੱਧ ਤੋਂ ਵੱਧ ਜੀ ਜੀ ਬਿਲਕੁਲ ਅਸੀਂ ਵੀ ਸੰਗਤਾਂ ਸਾਹਮਣੇ ਇਹੀ ਬੇਨਤੀ ਕਰਦੇ ਜਿਹੜਾ ਸਾਡਾ ਸ਼ੋਅ ਇਸ ਵੇਲੇ ਵੇਖ ਰਹੇ ਨੇ ਕਿ 118 ਗੁਰਦੁਆਰਾ ਰਿਚਮਨ ਹਿੱਲ ਕਲਚਰ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਜ਼ਰੂਰ ਪਹੁੰਚੋ ਕੱਲ੍ਹ ਵੀ ਪਹੁੰਚੋ ਅਤੇ ਪਰਸੋਂ ਵੀ ਜ਼ਰੂਰ ਸ਼ਮੂਲੀਅਤ ਕਰੋ ਅਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਤੁਹਾਡਾ ਅਸੀਂ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਕੀਪ ਵਾਚਿੰਗ ਨਿਊਜ਼ TV84 ਦੇ ਨਾਲ